ਸੋ ਪਹਿਲੀ ਬੇਨਤੀ ਇੱਕ ਜੀਵਾ ਨੇ ਲਿਖੀ ਹੋਈ ਹੈ, ਇੱਥੇ ਉਹਨਾਂ ਦੇ ਪਿੰਡ ਦਾ ਨਾਮ ਨਹੀਂ ਸਮਝ ਆ ਰਿਹਾ, ਇਸ ਲਈ ਉਹ ਆਪ ਹੀ ਦੇਖ ਲੈਣ ਕਿ ਉਹ ਲਿਖਦੇ ਕਿ ਮਾਲਕ ਜੀ ਸਾਨੂੰ ਸਮਝ ਨਹੀਂ ਆਉਂਦੀ ਕਿ ਅਸੀਂ ਤੁਹਾਡੀਆਂ ਰਹਿਮਤਾਂ ਦੀ ਸ਼ੁਰੂਆਤ ਕਿੱਥੋਂ ਕਰੀਏ। ਮਾਲਕ ਜੀ ਮੇਰੇ ਬੇਟੇ ਦਾ ਐਕਸੀਡੈਂਟ ਹੋ ਗਿਆ ਸੀ, ਹੁਣ ਇਹ ਐਕਸੀਡੈਂਟ ਹੋ ਗਿਆ ਸੀ ਜਿਹਨਾਂ ਦੇ ਬੇਟੇ ਦਾ ਟਰਾਲੇ ਦੇ ਨਾਲ ਮੋਟਰਸਾਈਕਲ ਦੇ ਨਾਲ, ਉਹ ਕਿਹੜੇ ਆ ਜਿਹੜਾ ਉੱਠ ਕੇ ਖੜ੍ਹ ਜਾਣ ਉਹ। ਚਲੋ ਇਹਨਾਂ ਜੀਵਾਂ ਦੀ ਬੇਨਤੀ ਹੈ, ਦੱਸਦੇ ਕਿ ਮਾਲਕਾਂ ਨੇ ਬਹੁਤ ਰਹਿਮਤਾਂ ਕੀਤੀਆਂ, ਇਹਨਾਂ ਦੇ ਬੇਟੇ ਦਾ ਐਕਸੀਡੈਂਟ ਹੋ ਗਿਆ ਸੀ ਮਨੀਲਾ ਵਿੱਚ। ਹੁਣ ਸਮਝ ਆ ਗਈ ਤੁਹਾਨੂੰ ਕਿਹੜੀ ਕੰਟਰੀ ਹੈ? ਹਾਂ, ਉੱਥੇ ਇਹਨਾਂ ਦੇ ਬੇਟੇ ਦਾ ਐਕਸੀਡੈਂਟ ਹੋ ਗਿਆ ਸੀ, ਟਰਾਲੇ ਦੇ ਥੱਲੇ ਮੋਟਰਸਾਈਕਲ ਆ ਗਿਆ ਸੀ, ਯਾਨੀ ਤੁਹਾਡਾ ਬੇਟਾ ਮੋਟਰਸਾਈਕਲ 'ਤੇ ਸੀ ਔਰ ਉਹ ਟਰਾਲੇ ਦੇ ਨਾਲ, ਟਰਾਲਾ ਤੁਸੀਂ ਜਾਣਦੇ ਹੋ ਨਾ, ਅਤੇ ਉਹਦੇ ਨਾਲ ਇਹਨਾਂ ਦੇ ਬੇਟੇ ਦਾ ਦੱਸਦੇ ਕਿ ਬੜਾ ਜ਼ਬਰਦਸਤ ਐਕਸੀਡੈਂਟ ਹੋਇਆ। ਔਰ ਜਦੋਂ ਸਾਨੂੰ ਕਹਿੰਦੇ ਉਹ ਘਟਨਾ ਬਾਰੇ ਪਤਾ ਲੱਗਾ ਤਾਂ ਬੜੀ ਟੈਨਸ਼ਨ 'ਚ, ਕਿਉਂਕਿ ਮਾਂ ਨੂੰ ਟੈਨਸ਼ਨ ਹੁੰਦੀ ਹੈ ਜਦੋਂ ਬੱਚਿਆਂ ਨੂੰ ਕੋਈ ਸੱਟ ਚੋਟ ਲੱਗਦੀ ਹੈ, ਤਾਂ ਬੜੀ ਪਰੇਸ਼ਾਨੀ। ਔਰ ਐਕਸੀਡੈਂਟ ਹੋਇਆ ਵੀ ਬੜਾ ਜ਼ਬਰਦਸਤ, ਕਿ ਉਹਨੇ ਸੱਟਾਂ ਵੀ ਇੰਨੀਆਂ ਲੱਗੀਆਂ, ਔਰ ਇਹ ਦੱਸਦੇ ਕਿ ਸੱਟਾਂ ਵੀ ਇੰਨੀਆਂ ਲੱਗੀਆਂ ਕਿ ਡਾਕਟਰਾਂ ਨੇ ਕਹਿ ਦਿੱਤਾ ਸੀ ਕਿ ਹੁਣ ਉਹ ਚੱਲ ਨਹੀਂ ਸਕਦਾ। ਤਾਂ ਇਹ ਨਾਲ ਬੱਚਾ ਰੋ ਕੇ ਕਹਿੰਦਾ ਸੀ, ਮੰਮੀ ਕਿ ਮੈਂ ਹੁਣ ਸੱਚੀ ਚੱਲ ਨਹੀਂ ਪਾਊਂਗਾ। ਕਿ ਜਦੋਂ ਸਾਨੂੰ ਇਸ ਘਟਨਾ ਬਾਰੇ ਪਤਾ ਲੱਗਾ ਤਾਂ ਉਸ ਸਮੇਂ ਮੇਰੀ ਭੂਆ ਸੱਸ ਦੀ ਬੇਟੀ ਮੇਰੇ ਕੋਲ ਆਈ ਹੋਈ ਸੀ, ਯਾਨੀ ਜਦੋਂ ਇਹਨਾਂ ਦੇ ਉੱਧਰੋਂ ਪਤਾ ਲੱਗਾ ਕਿ ਬੇਟੇ ਦਾ ਐਕਸੀਡੈਂਟ ਹੋਇਆ ਤਾਂ ਇਹਨਾਂ ਦੀ ਭੂਆ ਸੱਸ ਦੀ ਬੇਟੀ ਇਹਨਾਂ ਦੇ ਕੋਲ ਆਈ ਹੋਈ ਸੀ। ਕਿ ਜਦੋਂ ਉਹਨਾਂ ਨੇ ਦੱਸਿਆ ਕਿ ਹਾਲਤ ਬਹੁਤ ਗੰਭੀਰ ਹੈ, ਇਹ ਬੱਚਾ ਇੱਦਾਂ ਨਹੀਂ ਹੋ ਸਕਦਾ, ਤੁਰ ਵੀ ਨਹੀਂ ਸਕਦਾ, ਤਾਂ ਕਹਿੰਦੇ ਮੈਨੂੰ ਬੜੀ ਟੈਨਸ਼ਨ ਚਿੰਤਾ ਹੋਈ, ਤਾਂ ਮੇਰੀ ਭੂਆ ਸੱਸ ਦੀ ਬੇਟੀ ਜੋ ਦਰਬਾਰ ਨਾਲ ਜੁੜੀ ਹੋਈ ਸੀ, ਫਿਰ ਉਹਨੇ ਮੈਨੂੰ ਕਿਹਾ ਕਿ ਤੁਸੀਂ ਰੋਵੋ ਨਾ, ਤੁਸੀਂ ਮਾਲਕਾਂ ਕੋਲ ਚਲੋ ਜਾ ਕੇ ਬੇਨਤੀ ਕਰੋ। ਫਿਰ ਕਹਿੰਦੇ ਅਸੀਂ ਮਾਲਕੋ ਦਰਬਾਰ 'ਤੇ ਆਏ। ਮਾਲਕ ਜੀ ਮੈਂ ਬਹੁਤ ਟੁੱਟ ਚੁੱਕੀ ਸੀ ਉਸ ਸਮੇਂ, ਅਤੇ ਪਿੰਡ ਦੇ ਲੋਕ ਕਹਿਣ ਲੱਗ ਪਏ ਕਿ ਤੇਰੇ ਬੱਚੇ 'ਤੇ ਬਹੁਤ ਹੀ ਜ਼ਿਆਦਾ ਸੱਟ ਲੱਗ ਚੁੱਕੀ ਹੈ ਅਤੇ ਹੁਣ ਉਹ ਕਦੀ ਚੱਲ ਫਿਰ ਵੀ ਨਹੀਂ ਸਕਦਾ। ਅਤੇ ਮੇਰਾ ਬੇਟਾ ਵੀ ਮੈਨੂੰ ਪੁੱਛਦਾ ਸੀ ਕਿ ਮਾਂ ਮੈਨੂੰ ਲੋਕ ਇੱਦਾਂ ਦੀਆਂ ਗੱਲਾਂ ਕਿਉਂ ਕਹਿੰਦੇ ਹਨ ਕਿ ਮੈਂ ਪਹਿਲਾਂ ਵਾਂਗੂ ਚੱਲ ਨਹੀਂ ਸਕਦਾ। ਕਿਉਂਕਿ ਜਦੋਂ ਉੱਥੇ ਵੀ ਕਹਿੰਦੇ ਸੀ ਨਾ ਕਿ ਤੂੰ ਚੱਲ ਨਹੀਂ ਸਕਦਾ, ਤਾਂ ਸੁਣਨ ਵਾਲੇ ਦੇ ਮਨ 'ਚ ਹੁੰਦਾ ਹੈ ਕਿ ਮੈਨੂੰ ਇਹ ਲੋਕ ਕਿਉਂ ਕਹਿੰਦੇ ਤੂੰ ਚੱਲ ਨਹੀਂ ਸਕਦਾ। ਜ਼ਰਾ ਸੋਚੋ, ਜਿਹੜਾ ਇਨਸਾਨ ਚੱਲਦਾ ਫਿਰਦਾ ਹੋਵੇ, ਕੋਈ ਯਕਦਮ ਕਹਿ ਦੇਵੇ ਹੁਣ ਤੂੰ ਕਦੀ, ਤਾਂ ਉਹਦੇ ਮਨ 'ਤੇ ਕੀ ਅਸਰ ਹੋਏਗਾ? ਕਿਉਂਕਿ ਕਹਿੰਦੇ ਬੱਚਾ ਵੀ ਬੜਾ ਰੋਂਦਾ ਸੀ ਕਿ ਮੈਨੂੰ ਇੱਦਾਂ ਕਿਉਂ ਕਹਿੰਦੇ ਕਿ ਚੱਲ ਨਹੀਂ ਸਕਦਾ। ਤਾਂ ਮਾਲਕ ਜੀ, ਮੈਂ ਆਪਣੇ ਬੱਚੇ ਨੂੰ ਬਹੁਤ ਹੌਸਲਾ ਦਿੱਤਾ ਕਿ ਮੇਰੇ ਮਾਲਕ ਬਹੁਤ ਦਿਆਲ ਹਨ, ਉਹ ਤੈਨੂੰ ਪਹਿਲਾਂ ਵਰਗਾ ਹੀ ਕਰਕੇ ਭੇਜਣਗੇ। ਤਾਂ ਫਿਰ ਮੈਂ ਮਾਲਕ ਜੀ ਦੇ ਕੋਲ 5 ਮਹੀਨੇ ਲਗਾਤਾਰ ਹਾਜ਼ਰੀ ਲਾਉਂਦੀ ਰਹੀ, ਅਤੇ ਮੈਂ ਬਸ ਆਪਣੇ ਪੁੱਤ ਦੀ ਖੈਰ ਮੰਗਦੀ ਰਹੀ ਕਿ ਜਦੋਂ ਮੇਰਾ ਪੁੱਤ ਬਾਹਰੋਂ ਆਵੇ ਇਲਾਜ ਕਰਨ ਲਈ, ਤਾਂ ਮਾਲਕ ਦੀ ਰਹਿਮਤ ਨਾਲ ਉਹ ਚੱਲ ਕੇ ਜਾਵੇ। ਤਾਂ ਕਹਿੰਦੇ ਫਿਰ ਮਾਲਕਾਂ ਦੀ ਇੰਨੀ ਰਹਿਮਤ ਹੋਈ, ਔਰ ਇਹ ਕਹਿੰਦੇ ਮੈਂ ਬੇਨਤੀ ਕੀਤੀ ਸੀ ਕਿ ਮਾਲਕੋ ਮੇਰਾ ਪੁੱਤ ਆਪਣੇ ਪੈਰਾਂ 'ਤੇ ਚੱਲ ਕੇ ਦਰਬਾਰ 'ਤੇ ਆਏਗਾ ਮੱਥਾ ਟੇਕਣ ਲਈ, ਵੀ ਤੁਸੀਂ ਰਹਿਮਤ ਕਰੋ ਕਿ ਮੇਰਾ ਬੇਟਾ ਪਹਿਲਾਂ ਦੀ ਤਰ੍ਹਾਂ ਚੱਲੇ। ਤਾਂ ਮਾਲਕ ਜੀ, ਤੁਹਾਡੀ ਇੰਨੀ ਰਹਿਮਤ ਹੋਈ ਕਿ ਮੇਰਾ ਬੇਟਾ ਕੁਝ ਸਮੇਂ ਬਾਅਦ ਹੀ ਖੁਦ ਆਪਣੇ ਪੈਰਾਂ 'ਤੇ ਚੱਲ ਕੇ ਤੁਹਾਡੇ ਦਰਬਾਰ 'ਤੇ ਮੱਥਾ ਟੇਕਣ ਲਈ ਆਇਆ। ਤੇ ਜਦੋਂ ਮੇਰਾ ਬੇਟਾ ਮੱਥਾ ਟੇਕ ਕੇ ਘਰ ਗਿਆ, ਤਾਂ ਮੇਰਾ ਬੇਟਾ ਮੈਨੂੰ ਕਹਿਣ ਲੱਗਾ ਕਿ ਮੰਮੀ ਮੈਨੂੰ ਦਰਬਾਰ 'ਤੇ ਜਾ ਕੇ ਬਹੁਤ ਵਧੀਆ ਲੱਗਾ, ਤਾਂ ਮੇਰੇ ਮਾਲਕਾਂ ਨੇ ਮੈਨੂੰ ਨਵੀਂ ਜ਼ਿੰਦਗੀ ਦਿੱਤੀ, ਦੁਬਾਰਾ ਚੱਲਣ ਦੀ ਸ਼ਕਤੀ ਦਿੱਤੀ, ਤਾਂ ਮੈਨੂੰ ਉੱਥੇ ਜਾ ਕੇ ਬੜੀ ਖੁਸ਼ੀ ਅਤੇ ਸ਼ਾਂਤੀ ਮਿਲੀ। ਤੇ ਮਾਲਕ ਜੀ, ਫਿਰ ਉਸਨੇ ਬੇਨਤੀ ਕੀਤੀ ਤਾਂ ਕੁਝ ਸਮੇਂ ਬਾਅਦ ਹੀ ਤੁਹਾਡੀ ਰਹਿਮਤ ਨਾਲ ਮੇਰੇ ਬੇਟੇ ਦਾ ਨਿਊਜ਼ੀਲੈਂਡ ਦਾ ਵੀਜ਼ਾ ਵੀ ਲੱਗ ਗਿਆ, ਤੇ ਮੇਰਾ ਬੇਟਾ ਹੁਣ ਨਿਊਜ਼ੀਲੈਂਡ ਵਿੱਚ ਬੈਠਾ ਹੈ। ਸੋ ਮਾਲਕ ਜੀ, ਇਹ ਤੁਹਾਡੀ ਰਹਿਮਤ ਹੈ ਕਿ ਚੱਲਣ ਦੀ ਤਾਕਤ ਦਿੱਤੀ ਔਰ ਤੁਸੀਂ ਉਹਦਾ ਨਿਊਜ਼ੀਲੈਂਡ ਦਾ ਵੀਜ਼ਾ ਲਗਾਇਆ, ਤਾਂ ਇਸ ਵੇਲੇ ਉੱਥੇ ਬੈਠਾ ਪੂਰੀ ਤਰ੍ਹਾਂ ਠੀਕ ਹੈ। ਤੇ ਅਗਲਾ ਦੱਸਦੇ ਹੈ ਕਿ ਮਾਲਕ ਜੀ, ਮੇਰੀ ਬੇਟੀ ਇੰਗਲੈਂਡ ਚਲੀ ਗਈ ਤੇ ਹੁਣ ਮੇਰੀ ਛੋਟੀ ਬੇਟੀ 26/7/24 ਨੂੰ ਇਟਲੀ
ਜਾਣਾ ਹੈ। ਮਾਲਕ ਜੀ ਇਹ ਸਭ ਤੁਹਾਡੀਆਂ ਹੀ ਰਹਿਮਤਾਂ ਹੈ, ਕਿਉਂਕਿ ਬਹੁਤ ਜ਼ਿਆਦਾ ਤੁਸੀਂ ਰਹਿਮਤਾਂ ਕੀਤੀ, ਅਸੀਂ ਜੋ ਬੇਨਤੀ ਕਰਦੇ ਗਏ ਤੁਸੀਂ ਸਾਡੀਆਂ ਝੋਲੀਆਂ ਖੁਸ਼ੀਆਂ ਨਾਲ ਭਰਦੇ ਗਏ। ਸੋ ਮਾਲਕ ਜੀ ਸਾਡੀ ਇਹ ਚਿੱਠੀ ਸਾਧ ਸੰਗਤ ਮੂਹਰੇ ਜ਼ਰੂਰ ਸੁਣਾਈ ਜਾਵੇ, ਪੂਰੀ ਸੰਗਤ ਸ਼ਰਧਾ ਨਾਲ ਮਾਲਕਾਂ ਨੂੰ ਮੰਨੋ, ਮਾਲਕ ਜੀ ਸਭ ਦੀਆਂ ਝੋਲੀਆਂ ਭਰਦੇ, ਯਾਨੀ ਇਹਨਾਂ ਨੇ ਲਿਖਿਆ ਕਿ ਮੇਰੀ ਚਿੱਠੀ ਸੰਗਤ ਨੂੰ ਜ਼ਰੂਰ ਸੁਣਾਈ ਜਾਵੇ, ਔਰ ਤੁਹਾਨੂੰ ਇਹ ਕਹਿ ਰਿਹਾ ਕਿ ਪੂਰੀ ਸੰਗਤ ਮਾਲਕਾਂ ਨੂੰ ਸ਼ਰਧਾ ਨਾਲ ਮੰਨੋ, ਮਾਲਕ ਸਭ ਦੀਆਂ ਝੋਲੀਆਂ ਭਰਦੇ ਨੇ, ਤੁਹਾਡੀਆਂ ਜ਼ਰੂਰ ਭਰਨਗੇ। ਅਤੇ ਮਾਲਕ ਜੀ ਇਸ ਤਰ੍ਹਾਂ ਹੀ ਹਮੇਸ਼ਾ ਬੱਚਿਆਂ 'ਤੇ, ਬੱਚਿਆਂ ਦੇ ਸਿਰ 'ਤੇ ਆਪਣਾ ਹੱਥ ਰੱਖਣਾ ਅਤੇ ਬੱਚਿਆਂ ਨੂੰ ਤਰੱਕੀਆਂ ਖੁਸ਼ੀਆਂ ਦਿੰਦੇ ਰਹਿਣਾ। ਜਿੰਨੀ ਦੇਰ ਤੱਕ ਅਸੀਂ ਮਾਲਕ ਜੀ ਦਾ ਸਤਸੰਗ ਸੁਣਨਾ ਲਈਏ, ਉਨੀ ਦੇਰ ਤੱਕ ਸਾਡੇ ਮਨ ਨੂੰ ਸਕੂਨ ਨਹੀਂ ਮਿਲਦਾ। ਮੈਂ ਮਾਲਕਾਂ ਦੇ ਹਰ 11ਵੀਂ 'ਤੇ ਪਹੁੰਚਦੀ ਹਾਂ, ਤਾਂ ਮਾਲਕ ਜੀ ਸਦਾ ਹੀ ਆਪਣੀ ਰਹਿਮਤ ਬਣਾਈ ਰੱਖਣਾ। ਅੱਗੇ ਲਿਖਦੇ ਇੱਕ ਸ਼ੇਰ ਕਿ ਮੰਜਾ ਧੁੱਪ ਭਾਣੇ ਡਾਹਿਆ ਹੋਇਆ ਏ, ਮੰਜਾ ਧੁੱਪੇ, ਅੱਛਾ ਧੁੱਪੇ ਛਾਵੇਂ ਡਾਹਿਆ ਹੋਇਆ ਏ, ਲੋਕਾਂ ਭਾਣੇ ਤਾਪ ਚੜਿਆ, ਦਿਲ ਮਾਲਕਾਂ ਨਾਲ ਲਾਇਆ ਹੋਇਆ ਏ। ਠੀਕ ਹੈ, ਜੈ ਮਾਲਕਾਂ ਦੀ, ਜੈ ਮਾਲਕਾਂ ਦੀ। ਤੁਹਾਡੇ ਬੱਚੇ ਗੁਰਪ੍ਰੀਤ ਸਿੰਘ ਰਾਣੀ, ਪਿੰਡ ਸ਼ੇਖੂਪੁਰ। ਅੱਛਾ, ਪਿੰਡ ਪਿੱਛੇ ਲਿਖਿਆ ਹੈ, ਪਰ ਐਕਸੀਡੈਂਟ ਮਨੀਲੇ ਹੋਇਆ ਸੀ। ਚਲੋ, ਬਹੁਤ ਖੁਸ਼ੀ ਦੀ ਗੱਲ ਹੈ, ਇੱਦਾਂ ਮਾੜੀ ਮੋਟੀਆਂ ਹੁੰਦੀਆਂ ਨਾ, ਫਿਰ ਹੱਸਣ ਦਾ ਮੌਕਾ ਹੀ ਮਿਲ ਜਾਂਦਾ ਹੈ। ਚਲੋ, ਮਾਲਕ ਤੁਹਾਨੂੰ ਇੱਦਾਂ ਹੀ ਖੁਸ਼ੀਆਂ ਦੇਣ, ਕਿਉਂਕਿ ਜਦੋਂ ਪਹਿਲੀ ਵਾਰ ਆਏ ਸੀ ਕਿੰਨਾ ਰੋ ਰਹੇ ਸੀ, ਔਰ ਅੱਜ ਦੇਖੋ ਕਿੱਦਾਂ ਹੱਸ ਰਹੇ ਹੋ। ਦੇਖੋ, ਇੱਦਾਂ ਇਹ ਹੈ ਮਾਲਕ ਦਾ ਦਰਬਾਰ, ਕਿ ਜਦੋਂ ਇਨਸਾਨ ਆਉਂਦਾ ਹੈ ਤਾਂ ਕਿਹੜੀਆਂ ਹਾਲਾਤਾਂ ਵਿੱਚ ਆਉਂਦਾ, ਤਾਂ ਅੱਜ ਦੇਖੋ ਤੁਹਾਡੇ ਵਿੱਚ ਖੜ੍ਹ ਕੇ ਹੱਸ ਵੀ ਰਹੇ ਆ, ਮੁਸਕੁਰਾ ਵੀ ਰਹੇ ਹੈ, ਤਾਂ ਇਹਨਾਂ ਵਾਸਤੇ ਇਹ ਵੀ ਫਰਿਆਦ ਕਰੋ ਕਿ ਇੱਦਾਂ ਹੀ ਸਦਾ ਹੱਸਦੇ ਮੁਸਕੁਰਾਉਂਦੇ ਰਹਿਣ। ਇਹ ਮਾਲਕ ਬਹੁਤੀਆਂ ਖੁਸ਼ੀਆਂ ਦੇਣ ਇਹਨਾਂ ਨੂੰ, ਬੈਠੋ, ਔਰ ਤੁਸੀਂ ਵੀ ਸਦਾ ਹੱਸਦੇ ਮੁਸਕੁਰਾਉਂਦੇ ਰਹੋ, ਕਿਉਂਕਿ ਇਹੀ ਤਾਂ ਦਿਨ ਰਾਤ ਮਿਹਨਤ ਕਰ ਰਹੇ ਹਾਂ ਕਿ ਮਾਲਕ 'ਤੇ ਵਿਸ਼ਵਾਸ ਰੱਖੋ। ਜਿੱਦਾਂ ਹੁਣ ਉਹਨਾਂ ਦੇ ਬੱਚੇ ਨੂੰ ਕੀ ਕਹਿੰਦੇ ਸੀ, ਚੱਲ ਨਹੀਂ ਸਕਦਾ, ਲੋਕ ਵੀ ਕਹਿੰਦੇ ਸੀ ਤਾਂ ਡਾਕਟਰ ਵੀ ਕਹਿੰਦੇ ਸੀ, ਪਰ ਮਾਲਕ ਦੇ ਅੱਗੇ ਬੇਨਤੀ ਕਰਨ ਨਾਲ, ਦੇਖੋ ਮਾਲਕਾਂ ਰਹਿਮਤ ਕੀਤੀ, ਉਹਨਾਂ ਦੀ ਬੇਨਤੀ ਸੀ ਚੱਲ ਕੇ ਆਏਗਾ, ਤਾਂ ਮਾਲਕਾਂ ਨੇ ਕਿੱਦਾਂ ਲਿਆਂਦਾ ਫਿਰ, ਕਿੱਦਾਂ ਲਿਆਂਦਾ ਫਿਰ, ਤੋੜ ਕੇ ਲਿਆਂਦਾ, ਅੱਜ ਬੈਠਾ ਕਿੱਥੇ ਹੈ। ਇਹ ਮਾਲਕ ਦੀ ਰਹਿਮਤ ਹੈ, ਵਿਸ਼ਵਾਸ ਰੱਖੋ, ਸਭ ਦੀਆਂ ਝੋਲੀਆਂ ਭਰਦੀਆਂ ਹੈ।